ਸਰਬ ਭਾਰਤੀ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਦੇ ਸੱਦੇ ਤੇ ਭਾਰਤ ਭਰ ਵਿੱਚ ਜ਼ਿਲ੍ਹਾ ਹੈੱਡਕੁਆਰਟਰਾਂ ਤੇ ਧਰਨਾ ਦੇ ਕੇ ਮੰਗ ਪੱਤਰ ਦਿੱਤੇ ਗਏ, ਜਿਸ ਤਹਿਤ ਜ਼ਿਲ੍ਹਾ ਫਿਰੋਜ਼ਪੁਰ ਦੇ ਡੀਸੀ ਦਫ਼ਤਰ ਸਾਹਮਣੇ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ PKU ਟਕਾਉਂਦਾ ਕਿਸਾਨ ਸੰਘਰਸ਼ ਕਮੇਟੀ ਚਮੋਲੀ ਸਭਾ ਜਥੇਬੰਦੀਆਂ ਨੇ ਧਰਨਾ ਦਿੱਤਾ। ਯੂਨੀਅਨ ਦੇ ਆਗੂਆਂ ਨੇ ਕਿਹਾ ਕਿ ਪਿਛਲੇ ਸਾਲ ਕਿਸਾਨਾਂ ਵੱਲੋਂ ਪਾਰਲੀਮੈਂਟ ਸਾਹਮਣੇ ਇਕੱਠੇ ਹੋ ਕੇ 2 ਬਿੱਲ ਕਿਸਾਨਾਂ ਦੀ ਪੂਰਨ ਕਰਜ਼ਾ ਮੁਆਫ਼ੀ ਅਤੇ ਫਸਲਾਂ ਦੇ ਲਾਹੇਵੰਦ ਭਾਅ ਪੇਸ਼ ਕੀਤੇ ਸਨ ਅਤੇ ਉਸ ਤੋਂ ਬਾਅਦ 500 ਦੇ ਕਰੀਬ ਜਨ ਸਭਾਵਾਂ ਕਰਕੇ ਸੰਸਦੀ ਪਾਰਟੀ ਸਾਹਮਣੇ ਪੇਸ਼ ਕੀਤੇ ਸਨ, ਜਿਸ ਨੂੰ 21 ਪਾਰਟੀਆਂ ਵੱਲੋਂ ਸਮਰਥਨ ਦਿੱਤਾ ਗਿਆ ਹੈ। ਸਰਬ ਭਾਰਤੀ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਦੀ ਅਗਵਾਈ ਵਿੱਚ ਮੁਲਕ ਭਰ ਵਿੱਚ ਕਿਸਾਨਾਂ ਨੇ ਮੰਗ ਪੱਤਰ ਰਾਹੀਂ ਮੰਗ ਕੀਤੀ ਕਿ ਇਹਨਾਂ ਦੋਵਾਂ ਬਿੱਲਾਂ ਉੱਪਰ ਚਰਚਾ ਕਰਨ ਲਈ ਵੱਖਰਾ ਪਾਰਲੀਮੈਂਟ ਸੱਤਰ ਬੁਲਾਇਆ ਜਾਵੇ। ਇਸ ਲਈ ਲੋਕ ਸਭਾ ਅਤੇ ਰਾਜ ਸਭਾ ਦੇ ਸਪੀਕਰਾਂ ਨੂੰ ਬੇਨਤੀ ਕੀਤੀ ਗਈ। ਇਸ ਮੌਕੇ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਨੇ ਸੰਬੋਧਨ ਕੀਤਾ। ਉਹਨਾਂ ਮੰਗ ਕੀਤੀ ਕਿ ਕਿਸਾਨਾਂ ਨਾਲ ਵੋਟਾਂ ਤੋਂ ਪਹਿਲਾਂ ਕੀਤੇ ਗਏ ਵਾਅਦੇ ਪੂਰੇ ਕੀਤੇ ਜਾਣ ਅਤੇ ਅਗੇਤੀ ਝੋਨੇ ਦੀ ਫਸਲ ਦੀ ਬਿਜਾਈ 10 ਜੂਨ ਤੋਂ ਬਿਜਲੀ ਅਤੇ ਨਹਿਰੀ ਪਾਣੀ ਦਾ ਪ੍ਰਬੰਧ ਕੀਤਾ ਜਾਵੇ। ਅੱਜ ਡੀਸੀ ਦਫ਼ਤਰ ਫਿਰੋਜ਼ਪੁਰ ਦੇ ਵਿੱਚ ਜਿਹੜਾ ਅਸੀਂ ਇਹ ਧਰਨਾ ਦੇ ਰਹੇ ਹਾਂ ਜੀ, ਇਹ ਹਿੰਦੁਸਤਾਨ ਭਰ ਦੀ ਇੱਕ ਜਿਹੜੀ ਪਿਛਲੇ ਸਮੇਂ ਜਥੇਬੰਦੀ ਬਣਾਈ ਗਈ ਹੈ ਆਲ ਇੰਡੀਆ ਕਿਸਾਨ ਕੋਆਰਡੀਨੇਸ਼ਨ ਕਮੇਟੀ, ਇਹ ਉਹਦੇ ਸੱਦੇ 'ਤੇ ਆ ਜੀ। ਇਹ ਜੀ ਪਿਛਲੇ ਨਵੰਬਰ ਦੇ ਵਿੱਚ ਅਸੀਂ ਪੂਰੇ ਹਿੰਦੁਸਤਾਨ ਦੇ ਵੱਖ ਵੱਖ ਸੂਬਿਆਂ ਦੇ ਵਿੱਚੋਂ ਇੱਕ ਮਾਰਚ ਕੱਢਦੇ ਹੋਏ ਦਿੱਲੀ ਦੇ ਵਿੱਚ ਇੱਕ ਪਾਰਲੀਮੈਂਟ ਆਪਦੀ ਬਣਾਈ ਸੀ ਔਰ ਉਹਦੇ ਵੱਲੋਂ ਇਹ 2 ਬਿੱਲ ਰੱਖੇ ਸੀ, ਜਿਹਦੇ ਵਿੱਚੋਂ 543 ਔਰਤਾਂ ਨੂੰ MP ਦਾ ਅਹੁਦਾ ਦੇ ਕੇ ਅਤੇ ਇਹ ਬਿੱਲ ਰੱਖੇ ਸੀ, ਜਿਹੜੇ ਬਿੱਲ ਨੂੰ ਪਾਸ ਕਰਵਾਉਣ ਵਾਸਤੇ ਅਸੀਂ ਇਹ ਮੰਗ ਕੀਤੀ ਹੈ ਕਿ ਸੈਸ਼ਨ ਜਿਹੜਾ ਸਪੈਸ਼ਲ ਸੈਸ਼ਨ ਬੁਲਾਇਆ ਜਾਵੇ। ਇਹ ਅਸੀਂ ਅੱਜ ਚੇਅਰਮੈਨ ਨੂੰ ਮੰਗ ਪੱਤਰ ਭੇਜੇ ਨੇ DC ਦੇ ਰਾਹੀਂ। ਇਹਨਾਂ ਦੀਆਂ ਜਿਹੜੀਆਂ ਮੁੱਖ ਮੰਗ, ਇੱਕ ਤਾਂ ਉਹਦੇ 'ਚ ਹੈਗੀ ਕਿ ਫਸਲਾਂ ਦੇ ਲਾਹੇਵੰਦ ਭਾਅ ਔਰ ਸੰਪੂਰਨ ਕਰਜ਼ਾ ਮੁਕਤੀ, ਔਰ ਇਹਦੇ ਨਾਲ ਪੰਜਾਬ ਦੀ ਇੱਕ ਜਿਹੜੀ ਮੰਗ ਅਸੀਂ ਅੱਜ ਇਹਦੇ ਨਾਲ ਜੋੜੀ ਹੈ ਕਿ ਜਿਹੜਾ ਪੰਜਾਬ ਦੇ ਕਿਸਾਨਾਂ ਨੂੰ ਪੰਜਾਬ ਸਰਕਾਰ ਨੇ ਫਰਮਾਨ ਜਾਰੀ ਕੀਤਾ ਹੈ ਕਿ ਝੋਨਾ ਜਿਹੜਾ ਉਹ 20 ਜੂਨ ਤੋਂ ਸ਼ੁਰੂ ਕੀਤਾ ਜਾਵੇ। ਇਹ ਲੱਗਦਾ ਸਾਨੂੰ ਕਿ ਕੋਈ ਸੈਂਟੀਫਿਕ ਤਰੀਕਾ ਨਹੀਂ ਗਾ ਬੈਠੇ ਬੈਠੇ ਕੋਈ ਇਸ ਤਰ੍ਹਾਂ ਦਾ ਐਲਾਨ ਕਰ ਦੇਣਾ, ਕਿਉਂਕਿ ਪਿਛਲੇ ਸਮੇਂ ਜਦੋਂ ਪੰਜਾਬ ਸਰਕਾਰ ਨੇ ਐਲਾਨ ਕੀਤਾ ਪਹਿਲਾਂ 10 ਤਰੀਕ ਜੂਨ ਕੀਤੀ ਬੈਨ, 10 ਤੋਂ ਬਾਅਦ 15 ਜੂਨ ਕਰ ਦਿੱਤੀ, 15 ਜੂਨ ਨੂੰ ਜਿਹੜਾ ਝੋਨਾ ਵੱਢ ਕੇ ਅਸੀਂ ਮੰਡੀਆਂ ਵਿੱਚ ਲੈ ਕੇ ਗਏ ਉਹਦਾ ਕਦੇ ਵੀ ਮਤਲਬ ਜਿਹੜਾ ਮੋਇਸਚਰ ਹੈ ਉਹਦੀ ਨਮੀ ਉਹ ਪੂਰੀ ਨਹੀਂ ਸੀ, ਕਿਉਂਕਿ ਉਦੋਂ ਤੱਕ ਮੌਸਮ ਦੇ ਬਿਸਲਾਵ ਆ ਚੁੱਕੀ ਹੁੰਦੀ ਹੈ ਔਰ ਝੋਨਾ ਪੂਰਾ ਸੁੱਕਦਾ ਨਹੀਂ। ਉਹਦੀ ਜਿਹੜੀ ਰਿਕੁਆਇਰਮੈਂਟ ਹੈ ਪੰਜਾਬ ਸਰਕਾਰ ਦੀ FCI ਦੀ ਜਾਂ ਫੂਡ ਸਪਲਾਈ ਵਗੈਰਾ ਸਾਰੀਆਂ ਏਜੰਸੀਆਂ ਦੀ ਜਿਹੜੀ ਉਹਨਾਂ ਦੀ ਰਿਕੁਆਇਰਮੈਂਟ ਹੈ 17 ਮੋਚਰ ਦੀ ਆਉਂਦਾ ਨਹੀਂ ਗਾ, ਇਸ ਕਰਕੇ ਕਿਸਾਨ ਹੈ ਜਿਹੜਾ ਬਹੁਤ ਠਿੱਠ ਹੁੰਦਾ। ਜਿਹੜਾ ਇੱਥੇ DC ਦਫ਼ਤਰ ਦੇ ਮੂਹਰੇ ਆਪਾਂ ਧਰਨਾ ਲਾਇਆ ਹੋਇਆ, ਇਹ ਪੂਰੇ ਭਾਰਤ ਦੇ DC ਦਫ਼ਤਰਾਂ ਦੇ ਅੱਗੇ ਜਿਹੜੀ ਸਾਡੀ ਲੋਕ ਹਿੰਦ ਤਾਲਮੇਲ ਕਮੇਟੀ ਬਣੀ ਆ, ਕਿ ਦੋ ਹੀ ਇੱਕ ਮੇਨ ਵਿਸ਼ੇ ਨੇ, ਇੱਕ ਵਿਸ਼ਾ ਵਾ ਕਰਜ਼ਾ ਮੁਕਤੀ, ਦੂਸਰਾ ਵਿਸ਼ਾ ਵਾ ਕਿ ਕਿਸਾਨਾਂ ਨੂੰ ਫਸਲਾਂ ਦੇ ਭਾਅ ਜਿਹੜੇ ਉਹ ਲਾਹੇਵੰਦ ਮਿਲਣੇ ਚਾਹੀਦੇ ਆ। ਉਹ ਤਕਰੀਬਨ ਜਿਹੜੀਆਂ ਫਸਲਾਂ 23-25 ਫਸਲਾਂ ਬਣਦੀਆਂ ਨੇ ਅਲੱਗ ਅਲੱਗ ਸਟੇਟਾਂ ਦੇ ਵਿੱਚ, ਕਿਤੇ ਹਰ ਕਿਤੇ ਮੱਕੀ, ਕਿਤੇ ਮੂੰਗੀ, ਕਿਤੇ ਬਾਜਰਾ, ਕਿਤੇ ਸਬਜ਼ੀਆਂ ਆਦਿ ਆਉਂਦੀਆਂ, ਕਿਤੇ ਪੁਦੀਨੇ ਆਉਂਦੇ ਆ, ਕਿਤੇ ਬਾਸਮਤੀ, ਕਿਤੇ ਝੋਨਾ, ਇਹ ਸਾਰਾ ਕੁਛ ਆਉਂਦਾ ਵਾ। ਪਰ ਵੱਖ ਵੱਖ ਸੂਬਿਆਂ ਦੇ ਵਿੱਚ ਜਾਂ ਇਸ ਤਰ੍ਹਾਂ ਕੋਈ ਖਨੋਟ ਆ ਜਾਂ ਹੋਰ ਕਿਤੇ ਛੁਹਾਰੇ ਪੈਦਾ ਹੁੰਦੇ ਨੇ ਜਾਂ ਸੇਬ ਪੈਦਾ ਹੁੰਦੇ ਆ, ਉਹਨਾਂ ਕਿਸਾਨਾਂ ਨੂੰ ਕੋਈ ਮੰਡੀਕਰਨ ਵਧੀਆ ਜਾਣੀ ਕਿ ਉਹ ਲਾ ਜਿਹੜਾ ਖਰਚਾ ਵਾ ਉਹਨਾਂ ਨੂੰ ਨਹੀਂ ਮਿਲ ਰਿਹਾ। ਉਹ ਜਿਹੜਾ ਰੇਟ ਜਦੋਂ ਮਿਲਦਾ ਨਹੀਂ ਗਾ ਅਤੇ ਫਿਰ ਉਹ ਕਿਸਾਨ ਜਿਹੜਾ ਆਰਥਿਕ ਦੁਖੀ ਹੋ ਕੇ ਉਹ ਖੁਦਕੁਸ਼ੀਆਂ ਕਰਦਾ ਵਾ। ਅਤੇ ਸਾਡੇ ਸਾਰੇ ਪੂਰੇ ਹਿੰਦੁਸਤਾਨ ਦੀਆਂ ਜਥੇਬੰਦੀਆਂ ਦੀ ਇਹ ਮੰਗ ਆ ਕਿ ਕਿਸਾਨਾਂ ਨੂੰ ਲਾਹੇਵੰਦ ਜਿਹੜਾ ਉਹ ਭਾਅ ਦਿੱਤਾ ਜਾਵੇ, ਜੋ ਡਾਕਟਰ ਸਵਾਮੀਨਾਥਨ ਦੀ ਰਿਪੋਰਟ ਆ ਉਹਦੇ ਮੁਤਾਬਕ ਉਹ ਲਾਹੇਵੰਦ ਭਾਅ ਦਿੱਤਾ ਜਾਵੇ। ਅਤੇ ਜਿਹੜੀ ਸਰਕਾਰ ਦੀ ਘਟੀਆ ਨੀਤੀ ਦੇ ਕਾਰਨ ਕਿਸਾਨਾਂ ਦੇ ਸਿਰ ਚੜਿਆ ਕਰਜ਼ਾ, ਉਹਨਾਂ ਨੂੰ ਫਸਲਾਂ ਦੇ ਪੂਰੇ ਲਾਹੇਵੰਦ ਭਾਅ ਨਹੀਂ ਦਿੱਤੇ ਗਏ ਅਤੇ ਉਹ ਕਰਜ਼ਾ ਜਿਹੜਾ ਵਾ ਉਹਨਾਂ ਨੂੰ ਮੁਕਤ ਕੀਤਾ। ਅੱਜ ਜੋ DC ਦਫ਼ਤਰ ਅੱਗੇ ਧਰਨਾ ਲਾਇਆ, ਇਹ ਪੂਰੇ ਪੰਜਾਬ ਭਰ ਦੇ ਵਿੱਚ ਲਾਇਆ, ਜੋ ਕਿ 200 ਦੇ ਲਗਭਗ ਜਥੇਬੰਦੀਆਂ ਦੀ ਇੱਕ ਤਾਲਮੇਲ ਕਮੇਟੀ ਬਣੀ ਆ, ਉਹਨਾਂ ਵੱਲੋਂ ਐਲਾਨ ਕੀਤਾ ਗਿਆ ਸੀ। ਅੱਜ ਅਸੀਂ ਜੋ ਮੰਗ ਪੱਤਰ ਆ ਉਹ 2 ਮੁੱਖ ਮੰਗਾਂ 'ਤੇ ਦਿੱਤਾ, ਇੱਕ ਤਾਂ ਕਿਸਾਨਾਂ ਦਾ ਜਿਹੜਾ ਸਮੁੱਚਾ ਕਰਜ਼ਾ ਉਹਦੀ ਪੂਰਨ ਮੁਕਤੀ, ਕਿਸਾਨਾਂ ਨੂੰ ਮੁਕਤ ਕੀਤਾ ਜਾਵੇ ਕਰਜ਼ੇ ਤੋਂ, ਦੂਜਾ ਫਸਲਾਂ ਦਾ ਲਾਹੇਵੰਦ ਭਾਅ, ਜੋ ਸਵਾਮੀਨਾਥਨ ਦੀ ਰਿਪੋਰਟ ਆ ਉਸ ਤੋਂ ਲਾਗਤਾਂ ਕੱਢ ਕੇ ਉਹਦਾ 50% ਦਾ ਮੁਆਵਜ਼ਾ ਜੋੜ ਕੇ ਕਿਸਾਨਾਂ ਨੂੰ ਉਹ ਦਿੱਤਾ ਜਾਵੇ। ਇਹ ਅੱਜ ਅਸੀਂ ਮੰਗ ਪੱਤਰ ਲੋਕ ਸਭਾ ਸਪੀਕਰ ਦੇ ਨਾਂ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਨੂੰ ਦਿੱਤਾ ਕਿ ਇਹ ਇੱਕ ਵੱਖਰਾ ਸੈਸ਼ਨ ਸੱਦ ਕੇ, ਜੋ ਪਿਛਲੇ ਸਾਲ ਦਿੱਲੀ ਦੇ ਵਿੱਚ ਇੱਕ ਪਾਰਲੀਮੈਂਟ ਸੈਸ਼ਨ ਸੱਦਿਆ ਗਿਆ ਸੀ, ਉਹਦੇ ਵਿੱਚ ਬਿੱਲ ਪਾਸ ਕੀਤੇ ਗਏ ਸੀ, ਉਹ ਬਿੱਲ ਅਸੀਂ ਵੱਖ ਵੱਖ ਸਿਆਸੀ ਪਾਰਟੀਆਂ ਨੂੰ ਭੇਜੇ ਆ, ਜਿਹਦੇ ਵਿੱਚੋਂ 21 ਪਾਰਟੀਆਂ ਨੇ ਉਸ ਬਿੱਲ ਦਾ ਸਮਰਥਨ ਕੀਤਾ। ਅਤੇ ਅਸੀਂ ਮੰਗ ਕੀਤੀ ਆ ਕਿ ਇਹ ਜਿਹੜਾ ਸੈਸ਼ਨ ਇੱਕ ਵੱਖਰਾ ਬੁਲਾ ਕੇ ਅਤੇ ਇਹਨਾਂ ਬਿੱਲਾਂ ਨੂੰ ਪ੍ਰਵਾਨਗੀ ਦਿੱਤੀ ਜਾਵੇ,
ਅਤੇ ਜੋ ਕਿ ਕਿਸਾਨਾਂ ਦੀ ਜਿਹੜੀ ਉਹ ਆਰਥਿਕ ਦਿਸ਼ਾ ਜਿਹੜੀ ਉਹ ਸੁਧਰ ਸਕੇ ਅਤੇ ਕਿਸਾਨਾਂ ਦਾ ਕਰਜ਼ਾ ਅਤੇ ਫਸਲਾਂ ਦੇ ਜਿਹੜੇ ਲਾਹੇਵੰਦ ਭਾਅ ਮਿਲ ਸਕੇ। ਫਿਰੋਜ਼ਪੁਰ ਤੋਂ ਪੰਜਾਬੀ ਸਰਗਰਮੀਆਂ ਲਈ ਸੁਖਚੈਨ ਸਿੰਘ ਦੀ ਰਿਪੋਰਟ।